ਹਾਂਜੀ ਬਤੂ, ਸਤਿ ਸ਼੍ਰੀ ਅਕਾਲ, ਠੀਕ ਠਾਕ? ਹਾਂਜੀ, ਕਰ ਲਿਆ ਬ੍ਰੇਕਫਾਸਟ? ਅੱਛਾ, ਅੱਜ ਫ੍ਰੀ ਜੇ ਹੋਏ ਹੋਣੇ, ਰਿਲੈਕਸ ਜੇ ਹੋਏ ਹੋਣੇ ਅੱਜ? ਕਿੱਦਾਂ ਫਿਰ ਸੈਲੀਬ੍ਰੇਸ਼ਨਸ ਕਿੱਦਾਂ ਹੋਈ ਹੈ ਕੱਲ? ਕੱਲ ਕਿੱਦਾਂ ਸੈਲੀਬ੍ਰੇਟ ਕੀਤਾ? ਸੈਲੀਬ੍ਰੇਟ ਬਹੁਤ ਜੀ, ਜਦੋਂ ਜਿੱਤਣ ਤੋਂ ਬਾਅਦ ਦੇਖੇ ਹੋਣਾ ਉਹਦੇ ਟੀਮ ਦੇ ਭੰਗੜੇ ਪਾ ਕੇ, ਚੈਟਿੰਗ ਵਗੈਰਾ ਵਿੱਚ ਸਾਰਾ ਕੁਝ। ਪ੍ਰਧਾਨ ਮੰਤਰੀ ਸਾਹਿਬ ਦਾ ਵੀ ਫੋਨ ਆਇਆ ਸੀ? ਹਾਂਜੀ ਹਾਂਜੀ, ਸਭਾ ਵੀ ਆਇਆ ਹੈ, ਉਹਨਾਂ ਵੀ ਕੰਗ੍ਰੈਚੁਲੇਸ਼ਨ ਕੀਤਾ ਸਾਰਿਆਂ ਨੂੰ, ਵਧੀਆ ਮੋਟੀਵੇਟ ਕੀਤਾ ਸਾਰਿਆਂ ਨੂੰ। ਕਦੋਂ ਵਾਪਸੀ? ਕੋਈ ਖਾਸ ਮੈਸੇਜ? ਸਾਰਾ ਦੇਸ਼ ਤੁਹਾਡੇ ਤੇ ਬਹੁਤ ਮਾਣ ਕਰ ਰਿਹਾ ਹੈ, ਬੜੀ ਖੁਸ਼ੀ ਮਨਾ ਰਿਹਾ ਹੈ, ਕਿਉਂਕਿ ਬਹੁਤ ਵੱਡੀ ਜਿੱਤ ਹੈ ਲਗਾਤਾਰ ਦੋ ਓਲੰਪਿਕਸ ਦੇ ਵਿੱਚ। ਸ਼ਮਸ਼ੇਰ, ਇੱਕ ਟਾਈਮ ਸੀਗਾ, ਇੱਕ ਟਾਈਮ ਦਬਦਬਾ ਸੀ, ਸਰਦਾਰੀ ਸੀ ਇੰਡੀਆ ਦੀ, ਲੱਗਦਾ ਕਿ ਉਹੀ ਸੁਨਹਿਰੀ ਯੁੱਗ ਵਾਪਸ ਆ ਰਿਹਾ? ਹਾਂਜੀ ਹਾਂਜੀ, ਜ਼ਰੂਰ ਜੀ, ਸੁਨਹਿਰੀ ਯੁੱਗ ਲਗਭਗ ਵਾਪਸ ਆ ਗਿਆ ਹੈ ਆਲਰੇਡੀ, ਜੇ ਤਾਂ ਆਪਾਂ ਬੈਕ ਟੂ ਬੈਕ ਗੋਲਡ ਮੈਡਲ ਜਿੱਤੇ ਨੇ, ਮਤਲਬ ਸਪੋਰਟਿੰਗ ਫਿਨਿਸ਼ ਕੀਤਾ, ਬੈਕ ਟੂ ਬੈਕ ਮੈਡਲ ਸੀ ਆਪਣਾ ਓਲੰਪਿਕ ਚ, ਇੱਕ ਬਹੁਤ ਹੀ ਮਤਲਬ ਇੱਕ ਪ੍ਰਾਊਡ ਵਾਲੀ ਮੂਵਮੈਂਟ ਆ ਹਰ ਇੱਕ ਇੰਡੀਅਨ ਲਈ, ਸਾਰਿਆਂ ਲਈ, ਸਾਰੇ ਪੰਜਾਬ ਵਾਸੀਆਂ ਲਈ। ਅਤੇ ਸੁਨਹਿਰੀ ਯੁੱਗ ਜ਼ਰੂਰ ਵਾਪਸ ਆਊਗਾ, ਅੱਗੇ ਹੋਰ ਮਿਹਨਤ ਕਰਾਂਗੇ। ਸਾਡੇ ਸਾਰਿਆਂ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ।